ਜਿਨ੍ਹਾਂ ਦੇ ਵਿੱਚ ਮੈਗਾ ਪੀਟੀਐਮ ਕਰਵਾਈ ਜਾ ਰਹੀ ਹੈ ਮਾਪਿਆਂ ਦੇ ਨਾਲ ਜਿਹੜੇ ਹੈਗੇ ਨੇ ਅਧਿਆਪਕਾਂ ਦੀ ਮੁਲਾਕਾਤ ਹੋ ਰਹੀ ਹੈ ਤਾਂ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਮੌਜੂਦ ਨੇ ਸਕੂਲ ਦੇ ਵਿੱਚ ਜਾਇਜ਼ਾ ਕਰ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਮਹਿਲਾ ਚੌਂਕ ਦਾ ਸਕੂਲ ਹੈਗਾ ਇਹ ਜਿੱਥੇ ਕਿ ਹਰਪਾਲ ਚੀਮਾ ਫਾਈਨਾਂਸ ਮਿਨਿਸਟਰ ਬੱਚਿਆਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ ਤਾਂ ਪੂਰੀ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਸਰ ਇਹ ਬਹੁਤ ਹੀ ਬ੍ਰਿਲੀਅੰਟ ਬੱਚਾ ਮੇਰਾ ਅੱਛਾ ਸਰ ਇਹ ਲੜਕੀ ਐਥਲੈਟਿਕਸ ਦੇ ਵਿੱਚ ਟੌਪ ਤੇ ਜਾ ਰਹੀ ਹੈ ਆਪਣੇ ਬਿਹਾਫ ਤੇ ਇੰਡੀਪੈਂਡੈਂਟਲੀ ਵੀ ਪਾਰਟਿਸਪੇਟ ਕਰਦੀ ਹੈ ਸਕੂਲ ਦੇ ਲੈਵਲ ਤੇ ਵੀ ਜਾਂਦੀ ਹੈ ਐਂਡ ਸਟੱਡੀਜ਼ ਦੇ ਵਿੱਚੋਂ ਵੀ ਸ਼ੀ ਇਜ਼ ਬ੍ਰਿਲੀਅੰਟ ਓਕੇ ਮਤਲਬ ਬਹੁਤ ਹੀ ਟੈਲੈਂਟਡ ਬੱਚਾ ਇਹਦੇ ਪੇਰੈਂਟਸ ਸਰ ਆ ਕੇ ਚਲੇ ਗਏ ਹਾਂਜੀ ਹਾਂ ਦੇ ਸਿਗਨੇਚਰਸ ਹੋ ਗਏ ਦੇਖੋ ਕਿੰਨੀ ਅੱਛੀ ਫੀਡਬੈਕ ਆ ਕਿ ਬੱਚੀ ਜਿਹੜੀ ਆ ਉਹ ਸਪੋਰਟਸ ਦੇ ਅੰਦਰ ਵੀ ਭਾਗ ਲੈ ਰਹੀ ਆ ਗੇਮਾਂ 'ਚ ਵੀ ਭਾਗ ਲੈ ਰਹੀ ਆ ਔਰ ਐਜੂਕੇਸ਼ਨ ਦੇ ਅੰਦਰ ਵੀ ਇਹਦਾ ਅੱਛਾ ਰਿਕਾਰਡ ਜਿਹੜਾ ਮੈਨੂੰ ਦਿਖਾਇਆ ਗਾ ਬੜਾ ਅੱਛਾ ਰਿਕਾਰਡ ਟੀਚਰ ਸਾਹਿਬਾਨ ਨੇ ਦਿਖਾਇਆ ਕਿ ਬੜਾ ਅੱਛਾ ਰਿਕਾਰਡ ਹੈਗਾ ਸੋ ਇਹ ਸਾਰੀਆਂ ਗੱਲਾਂ ਇਸ ਗੱਲ ਲਈ ਸਾਨੂੰ ਪ੍ਰੇਰਣਾਦਾਇਕ ਨੇਗੀਆਂ ਕਿ ਜਦੋਂ ਵਾਰ ਵਾਰ ਮੈਗਾ ਪੀਟੀਐਮ ਹੋਣਗੀਆਂ ਜਾਂ ਪੀਟੀਐਮ ਹਰੇਕ ਸਕੂਲ 'ਚ ਹੋਣਗੀਆਂ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਹੋਰ ਜਿਹੜੇ ਮੌਕੇ ਮਿਲਣਗੇ ਉਹਨਾਂ ਨੂੰ ਹੋਰ ਅੱਛਾ ਪਰਫੋਰਮ ਕਰਨ ਦੇ ਮੌਕੇ ਮਿਲਣਗੇ ਔਰ ਦੂਸਰਾ ਇੱਕ ਪੇਰੈਂਟ ਨੂੰ ਇੱਕ ਮਾਤਾ ਪਿਤਾ ਨੂੰ ਆਪਣੇ ਬੱਚੇ ਬਾਰੇ ਪਤਾ ਲੱਗੂਗਾ ਕਿ ਮੇਰਾ ਬੱਚਾ ਕਿੰਨਾ ਅੱਗੇ ਵਧ ਰਿਹਾ ਜੇ ਕੋਈ ਕਮੀ ਹੋਊਗੀ ਤਾਂ ਉਹ ਵੀ ਮੈਂ ਸਮਝਦਾ ਦੂਰ ਹੋ ਸਕਦੀ ਹੈ ਸੋ ਬਹੁਤ ਅੱਛਾ ਜਿਹੜਾ ਐਫਰਟ ਸਰਕਾਰ ਕਰ ਰਹੀ ਆ ਮੈਂ ਤਾਂ ਸਾਰੇ ਟੀਚਰ ਸਾਹਿਬਾਨ ਨੂੰ ਕਹੂੰਗਾ ਕਿ ਬੱਚਿਆਂ ਨੂੰ ਵੀ ਜਿਹੜਾ ਹੈਗਾ ਉਹ ਲਗਾਤਾਰ ਹੋਰ ਇੰਟਰੈਕਸ਼ਨ ਕਰਾਉਂਦੇ ਰਹਿਣ ਸਰ ਇਹ ਬੱਚੀ PCS ਬਣਨਾ ਚਾਹੁੰਦੀ ਹੈ ਅੱਛਾ ਤਾਂ ਉਹਦੇ ਲਈ ਵੀ ਸ਼ੀ ਇਜ਼ ਹਾਈਲੀ ਮੋਟੀਵੇਟਿਡ ਸਿਵਲ ਸਰਵਿਸਿਜ਼ 'ਚ ਜਾਣਾ ਚਾਹੁੰਦੀ ਹੈ ਤਾਂ ਲਾਇਬ੍ਰੇਰੀ ਦੇ ਵਿੱਚ ਬਹੁਤ ਟਾਈਮ ਇਹ ਲੜਕੀ ਸਪੈਂਡ ਕਰਦੀ ਹੈ ਤਾਂ ਮਤਲਬ ਸ਼ੀ ਵਾਂਟਸ ਕਿ ਮੈਨੂੰ ਇਦਾਂ ਦੀਆਂ ਬੁੱਕਸ ਪ੍ਰੋਵਾਈਡ ਕੀਤੀਆਂ ਜਾਣ ਕਿ ਰਾਈਟ ਨਾਓ ਮੈਂ ਹੁਣੇ ਤੋਂ ਸਟਾਰਟ ਕਰ ਸਕਾਂ ਜਿਹੜੀ ਰੋਬੋਟਿਕ ਲੈਬ ਆਪਾਂ ਨੇ ਸਥਾਪਿਤ ਕੀਤੀ ਉਸ ਦਾ ਵੀ ਇਹਨੂੰ ਬੱਚੇ ਨੂੰ ਫਾਇਦਾ ਹੋਊਗਾ ਜੀ ਸਰ ਜੀ ਬੇਟਾ ਦੇਖੀਏ ਲੈ ਰੋਬੋਟਿਕ ਲੈਬ ਜਿਹੜੀ ਤੁਹਾਡੀ ਬਣੀ ਹਾਲੇ ਉਦਘਾਟਨ ਨਹੀਂ ਹੋਇਆ ਹਲੇ ਸਟਾਰਟ ਅੱਛਾ ਓਕੇ ਉਹਨੂੰ ਸਟਾਰਟ ਅੱਜ ਹੀ ਕਰ ਦਿੰਦੇ ਆਪਾਂ ਤੁਹਾਨੂੰ ਉਹਦਾ ਬਹੁਤ ਫਾਇਦਾ ਹੋਊਗਾ ਜੀ ਸਰ ਇਸ ਤਰੀਕੇ ਨਾਲ ਦੇਖਦੇ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਰਿਵਾਜ ਹੁੰਦੇ ਸੀ ਪਰ ਹੁਣ ਇੱਥੇ ਤੁਸੀਂ ਆ ਕੇ ਮਾਪਿਆਂ ਨੂੰ ਮਿਲ ਰਹੇ ਹੋ ਬੱਚਿਆਂ ਨੂੰ ਮਿਲ ਰਹੇ ਹੋ ਕਮੀਆਂ ਪੇਸ਼ੀਆਂ ਦਾ ਵੀ ਪਤਾ ਲੱਗਦਾ ਜੀ ਬਿਲਕੁਲ ਇਹ ਇੱਕ ਕਮੀਆਂ ਪੇਸ਼ੀਆਂ ਦੂਰ ਕਰਨ ਦੀ ਇੱਕ ਐਕਸਰਸਾਈਜ਼ ਹੁੰਦੀ ਆ ਕਿ ਬੱਚੇ ਦੇ ਅੰਦਰ ਅਧਿਆਪਕਾਂ ਦੇ ਅੰਦਰ ਇੱਕ ਹੋਰ ਜਿਹੜਾ ਰਿਲੇਸ਼ਨਸ਼ਿਪ ਆ ਉਹ ਹੋਰ ਸਟਰੋਂਗ ਹੁੰਦਾ ਗਾ ਅੱਗੇ ਤਾਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ ਪੇਰੈਂਟ ਨੂੰ ਉਦੋਂ ਬੁਲਾਇਆ ਜਾਂਦਾ ਸੀਗਾ ਜਦੋਂ ਕੋਈ ਨਾ ਕੋਈ ਵੱਡੀ ਕਮੀ ਸਾਹਮਣੇ ਆਉਂਦੀ ਸੀ ਬੱਚੇ 'ਚ ਕਿ ਜੀ ਬੱਚਾ ਕਲਾਸ 'ਚ ਨਹੀਂ ਆਇਆ ਉਸ ਦਿਨ ਬੁਲਾਇਆ ਜਾਂਦਾ ਸੀਗਾ ਸੋ ਇਸ ਤਰ੍ਹਾਂ ਬੁਲਾ ਕੇ ਜਦੋਂ ਪੇਰੈਂਟਸ ਇਸ ਤਰ੍ਹਾਂ ਆਉਂਦੇ ਨੇ ਤਾਂ ਮੈਂ ਸਮਝਦਾ ਹੋਰ ਵੀ ਅੱਛੀ ਫੀਡਬੈਕ ਟੀਚਰ ਸਾਹਿਬਾਨ ਕੋਲੇ ਤਾਂ ਹੁੰਦੀ ਹੈਗੀ ਤਾਂ ਪੇਰੈਂਟਸ ਨੂੰ ਮਿਲਦੀ ਆ ਪੇਰੈਂਟਸ ਸਭ ਦੇ ਬੱਚੇ ਨੂੰ ਹੋਰ ਅੱਛੇ ਤਰੀਕੇ ਨਾਲ ਜਿਹੜਾ ਹੈਗਾ ਗਰੋ ਕਰਾਉਂਦੇ ਨੇਗੇ ਹੋਰ ਅੱਛੇ ਤਰੀਕੇ ਨਾਲ ਉਹਨੂੰ ਸਮਝਾਉਂਦੇ ਨੇਗੇ ਸਰ ਇਹ ਕਿਵੇਂ ਦੇਖਦੇ ਜਿਵੇਂ ਬੱਚੀ ਜਿਹੜੀ PCS ਬਣਨਾ ਚਾਹੁੰਦੀ ਸੀ ਹੁਣ ਰੋਬੋਟਿਕ ਲੈਬ ਤੱਕ ਵੀ ਜਿਹੜੀ ਹੈਗੀ ਇਸ ਵਕਤ ਸਕੂਲ ਦੇ ਵਿੱਚ ਤਿਆਰ ਕਰਵਾਈ ਗਈ ਆ ਤਾਂ ਹਰ ਇੱਕ ਸੁਵਿਧਾਵਾਂ ਮਿਲ ਰਹੀਆਂ ਨੇ ਬੱਚਿਆਂ ਨੂੰ ਬਿਲਕੁਲ ਪਿਛਲੇ ਮਹੀਨੇ ਹੀ ਅਸੀਂ ਰੋਬੋਟਿਕ ਲੈਬ ਜਿਹੜੀ ਆ ਸਾਡੇ SDM ਸਾਹਿਬਾਨ ਦੇ ਸਰਕਾਰ ਦੇ ਯਤਨਾਂ ਸਦਕੇ ਇੱਥੇ ਬਣੀ ਆ ਸੋ ਬੱਚੇ ਨੂੰ ਪਤਾ ਹੈਗਾ ਉਸ ਬੱਚੇ ਨੂੰ ਪਤਾ ਹੈਗਾ ਔਰ ਉਹ ਬੱਚਾ ਜਿਹੜਾ ਅੱਜ 9th ਕਲਾਸ ਦੇ ਅੰਦਰ ਆ 9th ਕਲਾਸ ਦੇ ਅੰਦਰ ਉਹ ਕਹਿ ਰਿਹਾ ਕਿ ਮੈਂ ਸਿਵਲ ਸਰਵਿਸ ਦੇ ਅੰਦਰ ਜਾਣਾਗਾ ਮੈਂ ਅਧਿਕਾਰੀ ਬਣਨਾਗਾ ਸੋ ਕੰਫੀਡੈਂਸ ਆ ਬੱਚਿਆਂ ਦਾ ਜਦੋਂ ਅੱਜ ਉਹਨੇ ਸੋਚ ਲਿਆ ਅੱਜ ਉਹਨੇ ਕਮਿਟ ਕਰ ਲਗਾਤਾਰ ਉਸ ਵੱਲ ਵੱਧ ਰਿਹਾ ਸੋ ਮੈਂ ਸਮਝਦਾ ਇਹਦੇ ਆਉਣ ਨਾਲ ਹੋਰ ਵੀ ਬੱਚੇ ਬਹੁਤ ਸਾਰੇ ਇੰਸਪਾਇਰ ਹੋਣਗੇ ਹੋਰ ਵੀ ਬੱਚੇ ਜਿਹੜੇ ਨੇਗੇ ਉਹ ਅੱਗੇ ਵਧਣਗੇ ਤਾਂ ਬਿਲਕੁਲ ਹਰਪਾਲ ਚੀਮਾ ਪੂਰੇ ਅਧਿਆਪਕਾਂ ਦੇ ਨਾਲ ਬੱਚਿਆਂ ਦੇ ਨਾਲ ਜਿਹੜਾ ਹੈਗਾ ਰਾਬਤਾ ਕਰ ਰਹੇ ਨੇ ਉਸ ਬੱਚੇ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦੇ ਟੀਚਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦਾ ਜਿਹੜਾ ਹੈਗਾ ਤਿਆਰੀਆਂ ਇਸ ਵਕਤ ਸਕੂਲ ਦੇ ਵਿੱਚ ਨੇ ਮੈਮ ਤੁਹਾਡਾ ਕੀ ਨਾਮ ਆ ਜੀ ਗਗਨਜੋਤ ਸਰ ਮੈਮ ਕਿਸ ਤਰੀਕੇ ਨਾਲ ਦੇਖਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬੱਚੀ ਜਿਹੜੀ ਕਿ PCS ਤੱਕ ਬਣਨ ਦਾ ਜਿਹੜਾ ਸੁਪਨਾ ਲਈ ਬੈਠੀ ਆ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਰਹੀ ਹੈ ਲੱਗਦਾ ਕਿ ਹਾਂ ਹੁਣ ਸਰਕਾਰੀ ਸਕੂਲਾਂ ਦੇ ਹਾਲਾਤ ਇਹੋ ਜਿਹੇ ਨੇ ਕਿ ਬੱਚੇ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਨੇ ਡੈਫੀਨੇਟਲੀ ਸਰ ਕਿਉਂਕਿ ਇਦਾਂ ਦਾ ਐਕਸਪੋਜ਼ਰ ਕਦੇ ਬੱਚਿਆਂ ਨੂੰ ਹਲੇ ਤੱਕ ਮਿਲਿਆ ਹੀ ਨਹੀਂ ਜਿਹੜਾ ਆਪਾਂ ਕਹਿੰਦੇ ਹਾਂ ਕਿ ਸਿਵਲ ਸਰਵਿਸਿਜ਼ ਬਹੁਤ ਵਾਰੀ ਬੱਚਿਆਂ ਨੂੰ ਵੱਡਿਆਂ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੂੰ ਵੀ ਨਹੀਂ ਪਤਾ ਲੇਕਿਨ ਸਾਡੇ ਬੱਚਿਆਂ ਨੂੰ ਉਹ ਗਾਈਡੈਂਸ ਐਂਡ ਕਾਉਂਸਲਿੰਗ ਸੈਲਸ ਐਸਟੈਬਲਿਸ਼ ਹੋਏ ਨੇ ਉਹਦੇ ਨਾਲ ਬੱਚਿਆਂ ਨੂੰ ਇਹ ਪਤਾ ਲੱਗਦਾ ਕਿ ਅਸੀਂ ਕੀ ਚੁਆਇਸਿਸ ਲੈਣੀਆਂ ਨੇ ਸਾਥੀ ਐਪ ਸਟਾਰਟ ਹੋਈ ਹੈ ਬੱਚਿਆਂ ਨੂੰ ਰੈਗੂਲਰ ਅਸੀਂ ਗਾਈਡ ਕਰਦੇ ਹਾਂ ਕਿ ਇਹ ਵਾਲੇ ਸਬਜੈਕਟ ਹੈ ਇਸ ਤੋਂ ਬਾਅਦ ਤੁਸੀਂ ਇੱਥੇ ਜਾ ਸਕਦੇ ਹੋ ਅਤੇ ਬੱਚੇ ਆਪਣਾ ਬੈਸਟ ਦੇ ਰਹੇ ਨੇ ਸਾਨੂੰ ਟਾਈਮ ਟੂ ਟਾਈਮ ਲਾਇਬ੍ਰੇਰੀ ਨੂੰ ਆ ਰਹੀਆਂ ਗ੍ਰਾਂਟਾਂ ਬੁੱਕਸ ਮਿਲ ਰਹੀਆਂ ਨੇ ਈਵਨ ਕੰਪੀਟੀਟਿਵ ਕਲਾਸਿਸ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਦਿਨ ਦੂਰ ਹੈ ਜਦੋਂ ਸਾਡੇ ਪ੍ਰੋਡਕਟਸ ਜਿਹੜੇ ਨੇ ਉਹ ਬੱਚੇ ਆਲਮੋਸਟ ਹਰ ਫੀਲਡ ਦੇ ਵਿੱਚ ਆਪਣਾ ਨਾਮ ਜਿਹੜਾ ਰੋਸ਼ਨ ਕਰਨਗੇ ਅਲੋਂਗ ਵਿਦ ਕਿ ਉਹ ਸਕੂਲ ਦਾ ਟੀਚਰਸ ਦਾ ਅਤੇ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰਨ ਜਿਹੜੀ ਇਹ PTM ਹੁੰਦੀ ਆ ਪੇਰੈਂਟ ਟੀਚਰ ਮੀਟਿੰਗ ਇਹ ਕਿੰਨੇ ਕੁ ਸਮੇਂ ਬਾਅਦ ਹੁੰਦੀ ਹੈ ਅਤੇ ਕਿਸ ਤਰੀਕੇ ਨਾਲ ਲੱਗਦਾ ਕਿ ਇਹ PTM ਦਾ ਮਾਪਿਆਂ ਨੂੰ ਬੱਚਿਆਂ ਨੂੰ ਟੀਚਰਸ ਨੂੰ ਕਿੰਨਾ ਕੁ ਫਾਇਦਾ ਲੱਗਦਾ ਜੀ ਸਰ ਐਕਚੁਅਲੀ PTM ਜਿਹੜੀ ਰੈਗੂਲਰ ਬੇਸਿਸ 'ਤੇ ਹੁੰਦੀ ਹੈ ਜਦੋਂ ਬੱਚਿਆਂ ਦੇ ਐਗਜ਼ਾਮਸ ਓਵਰ ਹੁੰਦੇ ਨੇ ਲੇਕਿਨ ਐਗਜ਼ਾਮਸ ਤੋਂ ਬਿਨਾਂ ਵੀ
कई बार जो नहीं भी एग्जाम्स होंगे तो कोई स्पैशल डेज़ ने उदों भी पीटीएम्स रखी जाती ने, जिमें मान लो कोई सैलीब्रेशन कर रहे हैं असी तो दिवाली सैलीब्रेशन है या कोई एथलैटिक मीट होनी है उदों भी पेरेंट्स नूं कोर्डली बुलाया जाता है ताकि वो देखन एंड दे शुड फील प्राउड कि साढ़े बच्चे कितना अच्छा परफॉर्म कर रहे हैं। बिल्कुल मैम, छोटी बच्ची भी साढ़े मौजूद है बेटा, तुहाडे नाल कैबिनेट मिनिस्टर हरपाल चीमा जी ने गलबात की है, तुहाडी प्रशंसा भी की है, तुहाडी पढ़ाई की भी कितने ना कि बहुत प्रशंसा की है, तुहाडी अखां च हिंजू ने, सुपने की ने, तुहाडे नाम की भी है? मेरा नाम गगनदीप कौर है, मैं IPS ऑफिसर बनना चाहती हूँ। वेरी गुड, इस तरीके ना देखते हो तुहाडे जिहड़े सुपने ने, लगता कि हाँ तुहाडे ओह साकार होणगे क्योंकि तुहानू ओह जिहड़ियां सर्विसिज ने मिल रही ने स्कूल दे विच? हाँ जी, पूरियां मिल रही ने क्योंकि टीचर भी वधिया ने, भी एजुकेशन भी वधिया चल रही है, सारिया सहूलतां हैगियां ने, ते गेम भी वधिया चल रही है। गेम किहड़ी करदे हो बेटा? बास्केटबॉल स्टेट लिया। ठीक है, तां ओह किस तरीके ना देखदे हो क्योंकि अज दे समय दे विच अगर आपां देखीए तां पहला सी कि सरकारी स्कूलों च सुविधावान नहीं मिल रही बच्चों नूं, तां तुहाडे स्कूल दे विच तुहानूं की सुविधावान मिल रही ने? सारियां, ऑलमोस्टली सारियां। रोबोटिक लैब का भी कितना कितने कहा गया कि वो तुहाडी शुरुआत हो रही है? हाँ जी, अज उद्घाटन करनगे सर, कह के गए ने। सर बच्चे बहुत ज़्यादा वह ने एक्साइटेड ने कि रोबोटिक्स लैब के नाल असी जुड़ांगे ते असी उस दे नाल बहुत ज़्यादा कुछ करांगे, अगे अगे होर सानू एक्सपैरीमेंट वगैरह करन दे विच भी ज़्यादा वह मिलेगा, ताकि जेडे प्राइवेट स्कूलों के रोबोटिक्स लैब सीगियां वह हुण सरकारी स्कूलों के आ रही ने, इस दे नाल बहुत ज़्यादा बच्चों नू मोटीवेट मिले हुए ने। बिल्कुल, पेरेंट्स भी जिहड़े हैगे ने ओह टीचर्स नू मिल रहे ने, बच्चे भी जिहड़े हैगे ने अपने मापियां दे सामने, अपने टीचर दे सामने हर एक गलबात कर सकदे ने।